ਸਸਰੀਏ ਕਾਲਜੀ ਸਰ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਕੰਬੋਜ ਰੈਕਟਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਤੇ ਅਰਜਨ ਢਿੱਲੋਂ ਬਾਰੇ ਬਹੁਤ ਹੀ ਵੱਡੀਆਂ ਅਪਡੇਟਸ ਦੇਖਣ ਨੂੰ ਮਿਲਣਗੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਕੌਣ-ਕੌਣ ਕਰਨ ਔਜਲਾ ਤੇ ਅਰਜਨ ਢਿੱਲੋਂ ਦਾ ਕੱਟੜ ਫੈਨ ਹੈ ਚਲੋ ਸ਼ੁਰੂ ਕਰਦੇ ਆਂ ਹਾਂਜੀ ਤੁਹਾਨੂੰ ਸਾਰਨ ਨੂੰ ਪਤਾ ਹੀ ਹੋਊਗਾ ਕਿ ਕੱਲ ਕਰਨ ਓਜਲਾ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਸਟੋਰੀ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਐਲਬਮ ਬਾਰੇ ਕੁਝ ਜਾਣਕਾਰੀ ਦਿੱਤੀ ਗਈ ਸੀ ਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਮੈਂ 1-2 ਦਿਨਾਂ ਵਿੱਚ ਇੰਸਟਾਗ੍ਰam ਦੇ ਉੱਤੇ ਲਾਈਵ ਆਵਾਂਗਾ ਤੇ ਤੁਹਾਨੂੰ ਸਾਰਨ ਦੱਸ ਦਈਏ ਕਿ ਕੱਲ੍ਹ ਸ਼ਾਇਦ ਕਰਨ ਓਜਲਾ ਇੰਸਟਾਗ੍ਰam ਦੇ ਉੱਤੇ ਲਾਈਵ ਹੋ ਸਕਦਾ ਹੈ ਕਿਉਂਕਿ ਇਸ ਦੀ ਜਾਣਕਾਰੀ ਕਰਨ ਓਜਲਾ ਦੇ ਵੱਲੋਂ ਆਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਈ ਭਰਾ ਸਾਨੂੰ ਪੁੱਛ ਰਹੇ ਸੀ ਕਿ ਕਰਨ ਓਜਲਾ ਕਿੰਨੇ ਵਜੇ ਤੱਕ ਲਾਈਵ ਹੋ ਸਕਦਾ ਹੈ ਤਾਂ ਤਾਂ ਨੂੰ ਸਾਰੰਦਸ ਦੱਸ ਦਈਏ ਕਿ ਜਦੋਂ ਕਰਨ ਓਜਲਾ ਦਾ ਕਿਆ ਬਾਤ ਹੈ ਗਾਣਾ ਲੀਕ ਹੋਇਆ ਸੀ ਲਾਸਟ ਵਾਰੀ ਕਰਨ ਓਜਲਾ ਉਦੋਂ ਹੀ ਇੰਸਟਾਗ੍ਰਾਮ ਦੇ ਉੱਤੇ ਲਾਈਵ ਆਇਆ ਸੀ ਤੇ ਪਿਛਲੀ ਵਾਰ ਇੰਸਟਾਗ੍ਰਾਮ ਤੇ ਲਾਈਵ ਹੋਣ ਤੋਂ ਪਹਿਲਾਂ ਕਰਨ ਓਜਲਾ ਨੇ ਪਹਿਲਾਂ ਹੀ ਆਪਣੇ ਫੈਨਸ ਨੂੰ ਕਹਿ ਦਿੱਤਾ ਸੀ ਕਿ 10 ਵਜੇ ਤੱਕ ਮੈਂ ਇੰਸਟਾਗ੍ਰਾਮ ਤੇ ਲਾਈਵ ਹੋਵਾਂਗਾ ਤੇ ਸ਼ਾਇਦ ਅੱਜ ਜਾਂ ਕੱਲ੍ਹ ਤੱਕ ਕਰਨ ਓਜਲਾ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਲਾਈਵ ਹੋਣ ਦੀ ਜਾਣਕਾਰੀ ਦੇ ਦਿੱਤੀ ਜਾ ਕੱਲ ਤੱਕ ਇੰਸਟਾਗ੍ਰਾਮ ਦੇ ਉੱਤੇ ਲਾਈਵ ਹੁੰਦਾ ਹੈ ਤਾਂ ਉਸਦੀ ਪੂਰੀ ਕਲੀਪ ਪਤਾਂ ਨੂੰ ਇਸੇ ਹੀ ਚੈਨਲ ਦੇ ਉੱਤੇ ਵੇਖਣ ਨੂੰ ਮਿਲੇਗੀ ਤੇ ਇਸ ਕਰਕੇ ਇਸ ਚੈਨਲ ਦੇ ਉੱਤੇ ਬਣੇ ਰਹੋ ਤੇ ਹੁਣ ਗੱਲ ਕਰਦੇ ਆਂ ਆਪਣੀ ਲਾਸਟ ਅਪਡੇਟ ਦੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਅਰਜਨ ਢਿੱਲੋਂ ਬਾਰੇ ਤਾਂ ਪਤਾ ਹੀ ਹੋਊਗਾ ਇਸਦੇ ਵੱਲੋਂ ਥੋੜੇ ਹੀ ਟਾਈਮ ਦੇ ਵਿੱਚ ਬਹੁਤ ਹੀ ਹਿੱਟ ਹਿੱਟ ਸੌਂਗ ਰਿਲੀਜ਼ ਕੀਤੇ ਗਏ ਨੇ ਤੇ ਥੋੜੇ ਹੀ ਟਾਈਮ ਦੇ ਵਿੱਚ ਅਰਜਨ ਢਿੱਲੋਂ ਦੀ ਫੈਨ ਫਾਲੋਇੰਗ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਤੇ ਹੁਣ ਤੁਹਾਨੂੰ ਸਾਰਨ ਦੱਸ ਦਈਏ ਕਿ ਅੱਜ ਸੰਜੇ ਦੱਤ ਦਾ ਜਨਮ ਦਿਨ ਹੈ ਤੇ ਇਸਦੀ ਹੀ ਵਧਾਈ ਦਿੰਦੇ ਹੋਏ ਅਰਜਨ ਸੰਜੇ ਦੱਤ ਨੂੰ ਹੈਪੀ ਬਰਥਡੇ ਵਿਸ਼ੇ ਕੀਤਾ ਗਿਆ ਹੈ ਤੇ ਬਾਕੀ ਕਰਨ ਓਜਲਾ ਦੇ ਬਾਰੇ ਸਾਰੀਆਂ ਵੱਡੀਆਂ ਅਪਡੇਟਸ ਜਾਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਉੱਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਚੰਗਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ